ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਦੇਖੋ ਜਿਵੇਂ ਆਪਣੇ ਇਹ ਪੱਥਰ ਹੈਗੇ ਨੇ ਆਮ ਤੌਰ ਤੇ ਆਪਣੇ ਕੋਲੇ ਨਾ ਇਹ ਘਰਾਂ ਦੇ ਆਲੇ ਦੁਆਲੇ ਵੈਸੀ ਪਏ ਹੁੰਦੇ ਨੇ ਦੇਖੋ ਆਪਾਂ ਇਹਨਾਂ ਨੂੰ ਬਿਲਕੁਲ ਵੀ ਛੇੜ-ਛਾੜ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਆਪਾਂ ਇਹਨਾਂ ਕਾਦੇ ਵਾਸਤੇ ਹਨਾ ਆਪਾਂ ਇਹ ਵਰਤਨੇ ਨੇਗੇ ਪੱਥਰ ਤੇ ਇਹ ਵੀ ਵੈਸੇ ਰੇਲਵੇ ਸਟੇਸ਼ਨ ਤੇ ਵੀ ਇਸ ਤਰ੍ਹਾਂ ਦੇ ਪੱਥਰ ਬਾਧੂ ਪਏ ਹੁੰਦੇ ਨੇਗੇ ਤੇ ਦੇਖੋ ਇਹਨਾਂ ਪੱਥਰਾਂ ਨੂੰ ਵੀ ਆਪਾਂ ਇੱਕ ਬਹੁਤ ਵਧੀਆ ਢੰਗ ਨਾਲ ਸਜਾ ਕੇ ਇਨਾਂ ਨੂੰ ਆਪਾਂ ਆਪਣੇ ਘਰ ਵਿੱਚ ਸਜਾਵਟ ਦੇ ਤੌਰ ਤੇ ਰੱਖ ਸਕਦੇ ਆ ਦੇਖੋ ਜੀ ਮੈਂ ਜਿਵੇਂ ਤਿੰਨ ਚਾਰ ਪੱਥਰ ਲੈਂਤੇ ਸੀ ਮੈਨੂੰ ਇਹ ਮਿਲ ਗਏ ਸੀ ਸਾਡੇ ਘਰ ਦੇ ਕੋਲ ਹੀ ਪਏ ਸੀ ਮੈਂ ਇਹਨਾਂ ਨੂੰ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਮੈਂ ਦੋ ਕਲਰ ਲੱਤੇ ਦੋਨੇ ਕਲਰ ਲੈ ਕੇ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਬਿਲਕੁਲ ਸਿੱਧਾ ਸਿੱਧਾ ਪੇਂਟ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਮੈਂ ਇੱਕ ਹਰਾ ਕਲਰ ਲੈਂਦਾ ਦੋ ਪੱਥਰ ਮੇਰੇ ਵਿੱਚ ਚਾਰ ਪੱਥਰ ਸੀਗੇ ਇਸ ਤਰ੍ਹਾਂ ਦੇ ਚਾਰੇ ਪੱਥਰਾਂ ਨੂੰ ਦੋ ਪੱਥਰ ਪਹਿਲਾਂ ਮੈਨੇ ਹਰੇ ਰੰਗ ਦੇ ਕੀਤੇ ਇੱਕ ਮੇਰੇ ਕੋਲੇ ਰੈੱਡ ਜਿਹਾ ਕਲਰ ਪਿਆ ਸੀ ਨਾ ਵੀ ਜਿਹਾ ਡਾਰਕ ਜਿਹਾ ਤੇ ਦੋ ਮੈਂ ਉਹਦੇ ਨਾਲ ਕਰੂੰਗੀ ਇਹ ਵੀ ਦੇਖੋ ਆਪਣੇ ਬਹੁਤ ਸੋਹਣੇ ਮਤਲਬ ਕਿ ਬਣ ਕੇ ਤਿਆਰ ਹੋਏ ਜੀ ਸਾਨੂੰ ਵੀ ਮੈਨੂੰ ਵੀ ਬਹੁਤ ਸੋਹਣੇ ਲੱਗੇ ਜਦੋਂ ਇਹ ਪੇਂਟ ਹੋ ਗਏ ਆਮ ਤੌਰ ਤੇ ਵੀ ਤੁਸੀਂ ਦੇਖੇ ਹੋਣਗੇ ਸੱਚੀ ਮੁੱਚੀ ਦੇ ਨਾ ਐਵੇਂ ਦੇ ਇੱਕ ਭੁੰਡ ਜੇ ਹੁੰਦੇ ਨੇ ਟੀਂ ਟੀਂ ਕਰਦੇ ਫਿਰਦੇ ਹੁੰਦੇ ਨੇ ਤੁਸੀਂ ਆਮ ਤੌਰ ਤੇ ਦੇਖੀ ਹੋਣਗੇ ਉਹ ਨਾ ਬਿਲਕੁਲ ਇਹ ਸੇਮ ਐ ਲੱਗਦੇ ਨੇ ਜਿਵੇਂ ਉਹੀ ਬਣ ਗਏ ਆਪਾਂ ਦੇਖੋ ਸਭ ਤੋਂ ਪਹਿਲਾਂ ਹਰੇ ਰੰਗ ਕੀਤਾ ਫਿਰ ਆਪਾਂ ਨਾਭੀ ਰੰਗ ਕੀਤਾ ਨਾਭੀ ਰੰਗ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸੁਕਾਇਆ ਜੀ ਜਦ ਇਹ ਦੋਨੇ ਕਲਰ ਇਸ ਤਰ੍ਹਾਂ ਸੁੱਕ ਗਏ ਤੇ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਵੀ ਸ਼ੇਪ ਦਿੱਤੀ ਇਹਨਾਂ ਤੇ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਇਹ ਤਿਆਰ ਹੋ ਗਏ ਸੀਗੇ ਮੈਂ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਪੇਂਟ ਕਰਕੇ ਮੈਂ ਸੋਚਿਆ ਵੀ ਇਹਨੂੰ ਕਿਤੇ ਵੀ ਡੈਕੋਰੇਸ਼ਨ ਦੀ ਥਾਂ ਤੇ ਆਪਾਂ ਇਹਨੂੰ ਰੱਖ ਸਕਦੇ ਹਾਂ ਦੇਖੋ ਇਹ ਪੱਥਰ ਐਵੇਂ ਰੱਖੇ ਭੈੜੇ ਲੱਗਦੇ ਨੇ ਜੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਪੇਂਟ ਕਰਕੇ ਥੋੜਾ ਜਿਹਾ ਸਜਾ ਕੇ ਰੱਖਾਂਗੇ ਤਾਂ ਥੋੜਾ ਜਿਹਾ ਸੋਹਣੇ ਲੱਗਣਗੇ ਹਨ ਤੇ ਤੁਸੀਂ ਵੀ ਇਸ ਤਰ੍ਹਾਂ ਜੇ ਚਾਹੋ ਤਾਂ ਦੇਖੋ ਕਰ ਸਕਦੇ ਹੋਗੇ ਪਹਿਚਾਣ ਵੀ ਨਹੀਂ ਆਉਂਦੀ ਜਦੋਂ ਇਹ ਤਿਆਰ ਹੋ ਜਾਣਗੇ ਨਾ ਬਿਲਕੁਲ ਤੁਹਾਨੂੰ ਐਵੇਂ ਦੇ ਲੱਗਣਗੇ ਜਿਵੇਂ ਇਹ ਆਪਾਂ ਇਸ ਤਰ੍ਹਾਂ ਹੀ ਲਿਆਂਦੇ ਹੋਏ ਹੋਣ ਇਸ ਤਰ੍ਹਾਂ ਮਿਲਦੇ ਵੀ ਨਹੀਂ ਵੈਸੇ ਪੇਂਟ ਕੀਤੇ ਹੋਏ ਕਈ ਵਾਰ ਕਿਤੇ ਆਪਾਂ ਜਾਣਦੇ ਆ ਨਾ ਕਈ ਵਾਰ ਮੇਲੇ ਵਗੈਰਾ ਤੇ ਆਪਾਂ ਨੂੰ ਇਸ ਤਰ੍ਹਾਂ ਦੇ ਵੱਡੇ ਜਿਹੜੇ ਸਟੋਨ ਹੁੰਦੇ ਹੈਗੇ ਪੱਥਰ ਜਿਹਨੂੰ ਆਪਾਂ ਕਹਿੰਦੇ ਆ ਉਹ ਮਿਲ ਵੀ ਜਾਂਦੇ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਇਹਨਾਂ ਨੂੰ ਪੇਂਟ ਹੀ ਕਰ ਲੈਣੇ ਆ ਜੀ ਪੇਂਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਦੋ ਕਲਰ ਦੇ ਆਪਾਂ ਪੇਂਟ ਕਰ ਲਏ ਦੋਨੇ ਕਲਰ ਆਪਾਂ ਦੂਸਰੇ ਹੈਗੇ ਆ ਜਿਹੜੇ ਆਪਾਂ ਇਸ ਤਰ੍ਹਾਂ ਪੇਂਟ ਕਰ ਲਾਂਗੇ ਲੋ ਜੀ ਦੇਖੋ ਮੈਂ ਚਾਰੇ ਜਿਹੜੇ ਸੀਗੇ ਇਹਨਾਂ ਨੂੰ ਪੇਂਟ ਕਰ ਲਿਆ ਦੋ ਮੈਂ ਬਿਲਕੁਲ ਹਰੇ ਕਲਰ ਦੇ ਕਰ ਲਏ ਤੇ ਦੋ ਕਰ ਲਏ ਜੀ ਮੈਂ ਇਹ ਮਹਿਰੂਮ ਜੇ ਕਲਰ ਦੇ ਹੁਣ ਆਪਾਂ ਇਹਦਾ ਇੱਕ ਮੂੰਹ ਬਣਾਵਾਂਗੇ ਮੂਮ ਬਣਾ ਕੇ ਨਾ ਆਪਾਂ ਨੂੰ ਇਹਦੀ ਮੂਹਰੀ ਸਾਈਡ ਦੇਖੋ ਆਪਾਂ ਕੋਈ ਵੀ ਚੁਣ ਲੈਣੀ ਹੈਗੀ ਤੇ ਉੱਥੇ ਆਪਾਂ ਬਿਲਕੁਲ ਐਂ ਰਾਉਂਡ ਰਾਉਂਡ ਇਹਨੂੰ ਸ਼ੇਪ ਦੇਵਾਂਗੇ ਥੋੜੀ ਜੀ ਬਲੈਕ ਕਲਰ ਦੇ ਬਲੈਕ ਕਲਰ ਤੇ ਫਿਰ ਆਪਾਂ ਇਹਦਾ ਸਾਰਾ ਮੂੰਹ ਤਿਆਰ ਕਰਾਂਗੇ ਤੇ ਬਲੈਕ ਕਲਰ ਕਰਕੇ ਸਾਰਿਆਂ ਤੇ ਇਸ ਤਰ੍ਹਾਂ ਤੇ ਜਿਹੜਾ ਸੈਂਟਰ ਦੇ ਵਿੱਚ ਐ ਮੈਂ ਥੋੜੀ ਜੀ ਇਸ ਤਰ੍ਹਾਂ ਹੀ ਲਾਈਨ ਖਿੱਚ ਦੂੰਗੀ ਤੇ ਆਲੇ ਦੁਆਲੇ ਹੈਗੇ ਜੀ ਆਪਾਂ ਛੋਟੇ ਛੋਟੇ ਜੇ ਨਾ ਆਪਾਂ ਇਸ ਤਰ੍ਹਾਂ ਗੋਲ ਸਰਕਲ ਜੇ ਮੰਗੂ ਇਹ ਤੇ ਨਿਸ਼ਾਨ ਬਣਾਵਾਂਗੇ ਦੇਖਿਓ ਤੁਸੀਂ ਜਦੋਂ ਇਹ ਬਣਗੇ ਕਿੰਨੇ ਸੋਹਣੇ ਲੱਗਣਗੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਨਾ ਇਸ ਤਰ੍ਹਾਂ ਇਹਦਾ ਮੂੰਹ ਜਿਹਾ ਬਣਾ ਲੈਣਾ ਹੈਗਾ ਬਿਲਕੁਲ ਬਲੈਕ ਬਲੈਕ ਕਲਰ ਆਪਾਂ ਮੂਹਰੋਂ ਬਿਲਕੁਲ ਐਂ ਗੋਲ ਗੋਲ ਸ਼ੇਪ ਦੇ ਕੇ ਆਪਾਂ ਬਣਾ ਲਿਆ ਇਹ ਫਿਰ ਮੈਂ ਸੈਂਟਰ ਦੇ ਵਿੱਚ ਇਹਦੇ ਵਿੱਚ ਇੱਕ ਇਸ ਤਰ੍ਹਾਂ ਲੈਂ ਖਿੱਚੀ ਜੀ ਮੈਨੂੰ ਇਹ ਕੰਮ ਕਰਨੇ ਬਹੁਤ ਵਧੀਆ ਲੱਗਦੇ ਨੇ ਮੈਂ ਤਕਰੀਬਨ ਵੀ ਆਪਣੇ ਸਾਰਾ ਕੰਮ ਕਰਦਾ ਕਰਕੇ ਮੇਰਾ ਵੈਸੇ ਸਟਿਚਿੰਗ ਦਾ ਕੰਮ ਹੈ ਮੈਂ ਸਟਿਚਿੰਗ ਦਾ ਕੰਮ ਵੀ ਕਰਦੀ ਹਾਂ ਤੇ ਦੇਖੋ ਆਪਣਾ ਘਰ ਦਾ ਕੰਮ ਵੀ ਕਰਦੀ ਹਾਂ ਜੀ ਤਕਰੀਬਨ ਸਾਰਾ ਕਿਉਂਕਿ ਮੈਂ ਕੋਈ ਵੀ ਆਪਣਾ ਹੈਲਪਰ ਨਹੀਂ ਰੱਖਿਆ ਹੋਇਆ ਹੈਗਾ ਸਾਰੇ ਕੰਮ ਅਸੀਂ ਖੁਦ ਹੀ ਕਰਦੇ ਹਾਂਗੇ ਸਾਡਾ ਘਰ ਥੋੜਾ ਜਿਹਾ ਵੱਡਾ ਵੀ ਹੈਗਾ ਪਰ ਅਸੀਂ ਫਿਰ ਵੀ ਸਾਰੇ ਕੰਮ ਖੁਦ ਕਰਦੇ ਹਾਂ ਪਰ ਦੇਖੋ ਜਿੱਦੋਂ ਵੀ ਮੇਰਾ ਮਾਨ ਹੁੰਦਾ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਵਿੱਚ ਦੀ ਇਹੋ ਜਿਹੇ ਕੰਮਾਂ ਤੇ ਵੀ ਜ਼ਰੂਰ ਲਗਾਉਣੀ ਆ ਮੈਨੂੰ ਬਹੁਤ ਸ਼ੌਂਕ ਹੈ ਪੇਂਟਿੰਗ ਕਰਨ ਦਾ ਕੋਈ ਵੀ ਚੀਜ਼ ਹੁੰਦੀ ਹੈ ਜੀ ਦੇਖੋ ਮੈਂ ਜਦੋਂ ਵੀ ਕਰਦੀ ਆ ਮੈਂ ਤੁਹਾਡੇ ਨਾਲ ਹਰ ਇੱਕ ਚੀਜ਼ ਉਹ ਸ਼ੇਅਰ ਵੀ ਕਰਦੀ ਹੁੰਨੀ ਆ ਤੇ ਕਈ ਵਾਰ ਕੀ ਹੁੰਦਾ ਜੀ ਮੈਨੂੰ ਸਪੈਸ਼ਲ ਵੀ ਮੈਂ ਵੀਡੀਓ ਬਣਾਉਣੀ ਆ ਤਾਂ ਜੋ ਆਪਣੀਆਂ ਭੈਣਾਂ ਨੂੰ ਕੁਝ ਸਿਖਾ ਸਕੀਏ ਤੇ ਕਈ ਵਾਰ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀ ਹੁੰਦੀ ਆ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਕਿ ਮੈਂ ਆਪਣੇ ਘਰ ਨੂੰ ਇਸ ਤਰ੍ਹਾਂ ਹੀ ਸਜਾ ਕੇ ਰੱਖਾਂ ਇਸ ਤਰ੍ਹਾਂ ਹੀ ਸਜਾ ਕੇ ਰੱਖਾਂ ਤੇ ਦੇਖੋ ਜੀ ਹੁਣ ਆਪਾਂ ਇਹ ਵੀ ਸਜਾਉਣ ਵਾਸਤੇ ਕੀਤੇ ਨੇ ਦੇਖੋ ਆਪਾਂ ਹੁਣ ਜਦੋਂ ਬਲੈਕ ਸਾਰੇ ਤੇ ਟਿੱਕੇ ਲਾਤੇ ਤੇ ਮੇਰਾ ਮੂੰਹ ਬਣਾਤਾ ਤੇ ਹੁਣ ਆਪਾਂ ਮੂਹਰਲੀ ਸਾਈਡ ਤੇ ਇੱਥੇ ਚਿੱਟੇ ਰੰਗ ਨਾਲ ਆਪਾਂ ਇਹਦੀਆਂ ਅੱਖਾਂ ਬਣਾਵਾਂਗੇ ਦੇਖੋ ਅੱਖਾਂ ਬਣਾ ਕੇ گول-ਗੋਲ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇੱਕ ਛੋਟੀ ਜਿਹੀ ਬਰੀਕ-ਬਰੀਕ ਬਿੰਦੀ ਵੀ ਲਾਵਾਂਗੇ ਜਿਵੇਂ ਇਹਦੀਆਂ ਪੂਰੀਆਂ ਅੱਖਾਂ ਤਿਆਰ ਹੋ ਜਾਣਗੀਆਂ ਤੇ ਨੀਚੇ ਆਪਾਂ ਇਹਦਾ ਮੂੰਹ ਬਣਾਵਾਂਗੇ ਦੇਖੋ ਜਦੋਂ ਇਹ ਬਣ ਗਏ ਨਾ ਮੈਂ ਤੁਹਾਨੂੰ ਦਿਖਾਵਾਂਗੀ ਇਹ ਧਰ ਕੇ ਇਸ ਤਰ੍ਹਾਂ ਬਹੁਤ ਸੋਹਣੇ ਲੱਗਦੇ ਨੇ ਬਣੇ ਹੋਏ ਤੇ ਜਦੋਂ ਵੀ ਮੈਂ ਇਹ ਬਣਾਏ ਸੀ ਮੈਨੂੰ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਇਹ ਤੁਸੀਂ ਕਿਵੇਂ ਬਣਾਏ ਨੇ ਕਿਵੇਂ ਬਣਾਏ ਸਾਰੇ ਇਹਨਾਂ ਨੂੰ ਦੇਖ-ਦੇਖ ਕੇ ਬਹੁਤ ਖੁਸ਼ ਹੁੰਦੇ ਸੀ ਬੱਚੇ ਵੀ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਲੋ ਜੀ ਆਪਾਂ ਦੇਖੋ ਸਾਰੇ ਇੱਕ ਮੈਸੇ ਨੂੰ ਤਿਆਰ ਕਰਕੇ ਦਸ ਦਿਖਾਤਾ ਤੇ ਇਸੇ ਤਰ੍ਹਾਂ ਜਿਹੜੇ ਆਪਾਂ ਤਿੰਨ ਪੀਸ ਰਹਿ ਗਏ ਉਹਦੀਆਂ ਵੀ ਆਪਾਂ ਇਸ ਤਰ੍ਹਾਂ ਅੱਖਾਂ ਬਣਾਵਾਂਗੇ ਤੇ ਫਿਰ ਆਪਾਂ ਉਹਦਾ ਇਸ ਤਰ੍ਹਾਂ ਮੂੰਹ ਬਣਾਵਾਂਗੇ ਇਹ ਨਿੱਕੇ-ਨਿੱਕੇ ਚੀਜ਼ਾਂ ਜੀਆਂ ਤੇ ਬਹੁਤ ਜੀ ਲੱਗਦਾ ਹੈ ਤੇ ਬਹੁਤ ਹੀ ਵਧੀਆ ਲੱਗਦਾ ਜੀ ਜਦੋਂ ਆਪਾਂ ਇਹ ਜੀਆਂ ਚੀਜ਼ਾਂ ਬੇਕਾਰ ਪਈਆਂ ਚੀਜ਼ਾਂ ਜੀਆਂ ਨੂੰ ਉਹਨਾਂ ਨੂੰ ਥੋੜੀ ਕੋਈ ਨਾ ਕੋਈ ਸ਼ੇਪ ਦੇ ਕੇ ਜਾਂ ਉਹਨਾਂ ਨੂੰ ਕੁਛ ਨਾ ਕੁਛ ਬਣਾ ਕੇ ਆਪਾਂ ਆਪਣੇ ਘਰ ਵਾਸਤੇ ਰੱਖਦੇ ਆਂ ਦੇਖੋ ਇਹ ਜੀਆਂ ਚੀਜ਼ਾਂ ਹਰ ਕੋਈ ਦੇਖਦਾ ਤੇ ਹਰ ਕੋਈ ਬੰਦਾ ਇਹ ਬਣਾ ਵੀ ਨਹੀਂ ਸਕਦਾ ਹੁੰਦਾ ਦੇਖੋ ਤੁਸੀਂ ਇਹ ਵੀ ਕਿਸੇ ਦਾ ਹੀ ਉਹ ਹੁੰਦਾ ਹੈ ਬਣਾਉਂਦਾ ਹਰ ਕੋਈ ਬੰਦਾ ਇਹਨਾਂ ਚੀਜ਼ਾਂ ਤੇ ਮੱਥਾ ਵੀ ਨਹੀਂ ਮਾਰਦਾ ਪਰ ਆਪਾਂ ਦੇਖੋ ਜਦੋਂ ਤਿਆਰ ਕਰਦੇ ਨੇ ਇਹ ਚੀਜ਼ਾਂ ਸੋਹਣੀਆਂ ਬਹੁਤ ਲੱਗਦੀਆਂ ਨੇ ਜਿਵੇਂ ਬਣੀਆਂ ਹੋਈਆਂ ਤੁਸੀਂ ਵੀ ਇਸ ਤਰ੍ਹਾਂ ਜੇ ਤੁਹਾਡੇ ਕੋਲੇ ਵੀ ਘਰ ਦੇ ਨੇੜੇ ਤੇੜੇ ਕਿਤੇ ਇਸ ਤਰ੍ਹਾਂ ਦੇ ਪੱਥਰ ਪਏ ਨੇ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਤੁਸੀਂ ਜੇਕਰ ਤਾਂ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਤੇ ਦੇਖੋ ਜੀ ਆ ਕਿੰਨਾ ਸੋਹਣਾ ਲੱਗਦੇ ਨੇ ਇਸ ਤਰ੍ਹਾਂ ਦੇ ਤੁਸੀਂ ਦੇਖੇ ਹੋਣਗੇ ਇਸ ਤਰ੍ਹਾਂ ਦੇ ਬਿਲਕੁਲ ਨਾ ਸੱਚੀ ਮੁੱਚੀ ਦੇ ਵੀ ਭੁੰਡ ਜੇ ਬਣੇ ਹੋਏ ਹੁੰਦੇ ਨੇ ਮੈਨੂੰ ਸਿਰਫ ਜਦੋਂ ਮੈਂ ਪੇਂਟ ਕਰ ਰਹੀ ਸੀ ਨਾ ਮੈਨੂੰ ਉਹੀ ਧਿਆਨ ਆਈ ਗਿਆ ਉਹੀ ਦਿਮਾਗ 'ਚ ਮੈਂ ਰੱਖ ਕੇ ਇਹਨਾਂ ਨੂੰ ਮੈਂ ਇੱਕ ਰੰਗ ਕੀਤਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੀਆਂ ਅੱਖਾਂ ਬਣਾਈਆਂ ਇਸ ਤਰ੍ਹਾਂ ਮੂੰਹ ਬਣਾਇਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਜਦੋਂ ਮੈਂ ਤਿਆਰ ਕਰ ਰਹੀ ਸੀਗੀ ਮੈਨੂੰ ਸਿਰਫ ਅੱਧਾ ਘੰਟਾ ਲੱਗਿਆ ਸੀ ਮੈਨੂੰ ਇਹ ਕਰਨ ਤੇ ਜਦੋਂ ਇਹ ਸੁੱਕ ਜਾਂਦਾ ਸੀ ਮੈਂ ਇਹਨਾਂ ਨੂੰ ਫੇਰ ਚੱਕ ਕੇ ਦੂਸਰਾ ਕਲਰ ਕਰ ਦਿੰਦੀ ਸੀਗੀ ਤੇ ਇਸ ਨਾਲ ਮੇਰਾ ਬਹੁਤ ਮਨ ਵੀ ਲੱਗਿਆ ਤੇ ਮੈਂ ਮੇਰੇ ਜਿਹੜੇ ਹੈਗੇ ਸੀ ਜੀ ਸਟੋਨ ਜੇ ਇਹ ਵੀ ਤਿਆਰ ਹੋ ਗਏ ਦੇਖੋ ਤੁਸੀਂ ਮੈਂ ਫਿਰ ਇਹਨਾਂ ਨੂੰ ਤਿਆਰ ਕਰਕੇ ਇਸ ਤਰ੍ਹਾਂ ਪੌੜੀਆਂ ਦੇ ਵਿੱਚ ਰੱਖਿਆ ਜੀ ਦੇਖੋ ਤੁਸੀਂ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਦੇਖੋ ਆਪਣੇ ਗਮਲੇ ਵਗੈਰਾ ਹੋਰ ਕਿਤੇ ਵੀ ਆਪਣੀ ਜਗਾ ਹੁੰਦੀ ਹੈ ਆਪਾਂ ਇਹਨਾਂ ਨੂੰ ਸਟੋਨ ਤਿਆਰ ਕਰਕੇ ਰੱਖ ਸਕਦੇ ਹਾਂ ਬਹੁਤ ਹੀ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਪਏ ਹੋਏ ਦੇਖੋ ਜੇ ਤੁਸੀਂ ਇੱਕ ਵਾਰ ਇਸ ਤਰ੍ਹਾਂ ਰੱਖ ਕੇ ਤਿਆਰ ਕਰਕੇ ਰੱਖੋਗੇ ਨਾ ਤੁਹਾਨੂੰ ਜਦੋਂ ਵੀ ਕੋਈ ਹਰ ਕੋਈ ਬੰਦਾ ਦੇਖੂਗਾ ਤਾਂ ਤੁਹਾਨੂੰ ਜ਼ਰੂਰ ਪੁੱਛੂਗਾ